ਤੁਸੀਂ ਰੋਡ ਨੂੰ ਖਾਲੀ ਕਰ ਦਿਓ ਟ੍ਰੈਫਿਕ ਨੂੰ ਚਲਦਾ ਕਰ ਦਿਓ ਕੋਰੋਨਾ ਵਾਇਰਸ ਦੀ ਮਹਾਮਾਰੀ ਹੈ ਤੁਸੀਂ ਇਸ ਰੋਡ ਨੂੰ ਇੰਨਾ ਜਿੰਨਾ ਜ਼ਿਆਦਾ ਕੱਟ ਕੀਤਾ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਣੀ ਹੈ ਚਲਾਉਣ ਵਾਲਾ ਸੀਗਾ ਉਹ ਨਹੀਂ ਬੋਲੇ ਜਿਹੜੇ ਪਿੱਛੇ ਕਿਸੇ ਦਾ ਉਹਨੇ ਡ੍ਰਿੰਕ ਕੀਤੀ ਹੋਈ ਸੀ ਉਹਨੇ ਮੇਰਾ ਹੱਥ ਜ਼ੋਰ ਦੀ ਫੜ ਕੇ ਐ ਮਾਰਿਆ कोई हाथ नहीं फड़िया गया सर एवें पुलिस के झूठे इल्जाम ने पुलिस हमेशा झूठे इल्जाम ही लाती है। बलैरो गड्डी च बैठे थानेदार वालों माइक फड़ चेतावनी उन्होंने लोगों को दी जा रही है जो लोग सड़क नूं रोक धरने ते बैठे सन। पहला इस नौजवान थानेदार की वह वीडियो वेखो जिस दे थां थां ते चर्चे हो रहे ने। मैं तुहानू पहला भी दो बार रिक्वेस्ट कर रहा तीसरी बार फिर रिक्वेस्ट कर रहा रोड नू खाली कर दिओ ट्रैफिक नू चलदा कर दिओ कोरोना वायरस की महामारी है तुसी इस रोड नू इन्ना जिन्ना ज़्यादा कट किया तुहाडे खिलाफ कानूनी कार्रवाई अमल च लिआंदी जाणी है। बार बार तुहानू रिक्वेस्ट कर रहे हैं इस कट नू खत्म कर दिओ तमाशा ना देखो ट्रैफिक नू चलदा कर दिओ करीब एक घंटा हो गया तुहानू ट्रैफिक रोके नू बार बार समझा रहे हैं तुहानू एस डी एम साहब ने ड्यूटी मजिस्ट्रेट उत्थों सेंड कर दिता है तुहाडे खिलाफ हुण कानूनी कार्रवाई की जानी है। मैं तुहानू कह रहा है डिस्पर्स हो जाओ बार बार कह रहे हैं डिस्पर्स हो जाओ जिहड़े बंदे की शराब पीती है तुहाडे खिलाफ कानूनी कार्रवाई होएगी दोबारा बेनती कर रहा तुहानू। मैं मामला दरअसल उस वेले भखिया जदों मास्क ना लगाउण ते महिला पुलिस मुलाजम ने नाके ते तीन जणियां नूं मोटरसाइकिल ते आउंदिआं नूं रोकिआ तां फिर की सी इन्हां लोकां ने लेडी मुलाजम दा हत्थ फड़ बदसलूकी कीती ते मामला इन्ना भखिआ कि एस एच ओ नूं मौके ते बुलाउणा पिआ। ਕੀ ਗੱਲਬਾਤ ਹੋਈ ਸ਼ੁਰੂਆਤ ਤੋਂ ਸਰ ਉਧਰ ਮੋਟਰਸਾਈਕਲ ਆ ਰਿਹਾ ਸੀ ਅਸੀਂ ਅੱਗੋਂ ਇਸ਼ਾਰਾ ਕੀਤਾ ਹੈ ਤੁਹਾਡਾ ਨਾਮ ਕੀ ਜੀ ਪਹਿਲਾਂ ਨਾਮ ਕਮਲੇਸ਼ਰ ਅੱਛਾ ਡਿਊਟੀ ਕਿੱਥੇ ਕਰਦੇ ਮੈਂ ਤਾਂ ਡਿਊਟੀ ਤੇ ਮੋਟਰਸਾਈਕਲ ਆ ਰਿਹਾ ਸੀ ਅਸੀਂ ਇਸ਼ਾਰਾ ਕੀਤਾ ਰੋਕਣ ਦੀ ਰੋਕਿਆ ਨਹੀਂ ਉਹਨੇ ਫਿਰ ਮੈਂ ਅੱਗੋਂ ਹੋ ਗਈ ਰੋਕਿਆ ਉਹ ਵੀ ਥੱਲੇ ਕਰ ਰੋਕੇ ਤੇ ਫਿਰ ਉਹਨੂੰ ਰੋਕਿਆ ਉਹਨਾਂ ਤਿੰਨ ਜਣੇ ਸੀ ਸਾਰੇ ਉਹਨਾਂ ਮਾਸਕ ਨਹੀਂ ਲਾਏ ਸੀ ਤਿੰਨਾਂ ਨੇ ਤੇ ਜਿਹੜਾ ਇੱਕ ਚਲਾਉਣ ਵਾਲਾ ਸੀਗਾ ਉਹ ਨਹੀਂ ਬੋਲੇ ਜਿਹੜੇ ਪਿੱਛੇ ਕਿਸੇ ਦਾ ਉਹਨੇ ਡ੍ਰਿੰਕ ਕੀਤੀ ਹੋਈ ਸੀਗੀ ਉਹਨੇ ਮੇਰਾ ਹੱਥ ਜ਼ੋਰ ਦੀ ਫੜ ਕੇ ਐਂ ਮਾਰਿਆ ਤੇ ਕਹਿੰਦਾ ਮੈਂ ਕੋਈ ਗੱਲ ਨਹੀਂ ਤੁਸੀਂ ਐਸ ਐਚ ਨੂੰ ਫੋਨ ਕਰਨਾ ਕਹਿੰਦਾ ਕੋਈ ਨਹੀਂ ਮੈਂ ਫੋਨ ਐਸ ਐਚ ਨੂੰ ਕਰ ਲੈਂਦਾ ਮੈਂ ਕਹਿੰਦਾ ਯਾਰ ਅਸੀਂ ਐਸ ਐਚ ਨੂੰ ਫੋਨ ਕਰਕੇ ਖੁਦ ਹੀ ਬੁਲਾ ਲੈਂਦੇ ਅਸੀਂ ਐਸ ਐਚ ਨੂੰ ਬੁਲਾਇਆ ਉਹਦੇ ਕਾਰਨ ਸਾਰਾ ਮਸਲਾ ਵਧਿਆ ਹਾਂਜੀ ਕੁਛ ਕਰ ਜਾਮ ਲੱਗਿਆ ਤੂੰ ਹਾਂਜੀ ਮੇਰੇ ਐਸ ਐਚ ਦੇ ਆ ਕੇ ਗੱਲ ਵੀ ਪੈ ਨੇ ਵਰਦੀ ਨੂੰ ਹੱਥ ਪਾਇਆ ਤੇ ਇਹਨਾਂ ਵੀ ਦਿੱਤਾ ਬੋਲ ਠੀਕ ਹੈ ਮੌਕੇ ਤੇ ਆਏ ਆ ਉਸ ਤੋਂ ਬਾਅਦ ਇਹਨਾਂ ਨੇ ਧਰਨਾ ਲਗਾਤਾ ਇਹਨਾਂ ਨੂੰ ਬਾਰ-ਬਾਰ ਵਾਰਨਿੰਗ ਦੇ ਦਿੱਤੀ ਹੈ ਮਾਨਯੋਗ ਐਸਡੀਐਮ ਸਾਹਿਬ ਨੂੰ ਡਿਊਟੀ ਅਫਸਰ ਭੇਜਣ ਦੇ ਲਈ ਕਹਿ ਦਿੱਤਾ ਹੈਗਾ ਤਾਂ ਕਿ ਧਰਨਾ ਲਗਾਤਾ ਜਿਹੜਾ ਇਹਨਾਂ ਨੇ ਰੋਡ ਬਲੌਕ ਕੀਤਾ ਉਹ ਖੁਲਾਇਆ ਜਾ ਸਕੇ ਮਾਨਯੋਗ ਸੀਨੀਅਰ ਅਫਸਰਾਂ ਦੇ ਮਸਲਾ ਧਿਆਨ 'ਚ ਲਿਆਂਦਾ ਜਾ ਸਰ ਕਿ ਲੇਡੀ ਕਨਸਟੇਬਲ ਨਾਲ ਵੀ ਬਦਤਮੀਜ਼ੀ ਕੀਤੀ ਗਈ ਹੈ ਲੜਕੀ ਕਹਿ ਰਹੀ ਹੈ ਅਜੇ ਅਸੀਂ ਮੌਕੇ ਤੇ ਹੀ ਹਾਂ ਲੜਕੀ ਨੇ ਮੈਨੂੰ ਬਿਆਨ ਦਿੱਤਾ ਹੈਗਾ ਜ਼ੁਬਾਨੀ ਤੌਰ ਤੇ ਦੱਸਿਆ ਹੈਗਾ ਕਿ ਸਰ ਮੈਂ ਇਹਨੂੰ ਰੋਕਿਆ ਤੇ ਨੇ ਮੇਰੀ ਮਾਂ ਪਕੜ ਲਈ ਸਰ ਇੱਕ ਕਰਫਿਊ ਵੀ ਲੱਗਿਆ ਧਾਰਾ 144 ਵੀ ਲੱਗੀ ਹੋਈ ਫਿਰ ਵੀ ਸਾਰੇ ਸ਼ਹਿਰ ਦੇ ਵਿੱਚ ਮਤਲਬ ਕਿ ਪੂਰੀ ਚਹਿਲ ਕਦਮੀ ਹੋ ਰਹੀ शहर की गल जी वार्निंग देने बिल्कुल शहर मैंने बेनती सुनो शहर मुकम्मल बंद है शहर वासियों का धन्यवाद भी मैं करना शहर ने बिल्कुल साथ दिता जी पिछले घटना हुई है इन बारे मैं तुम्हें दस दिता है कि लोगों ने कुछ शरारती अंसर ने शराब पीती है लड़की साड़ी कॉन्स्टेबल के नाल उन्हें बदतमीजी की उन्होंने रोकया गया तो उन्हें अपने शरारती अंसर के नाल रल के इतने रोड ब्लॉक कर दिता इन्हों बहुत बार समझा लिया रोड नहीं खोल रहे कानूनी कार्रवाई अमल के लिया जा सकती धरनाकारियों ने दोष लगाया कि उन्होंने एक साथी इस नाके को लंघ रहा है कि पुलिस वालों उन्होंने हाथ दे के रोकया गया पुलिस वालों उन्होंने चनान कट के मोटरसाइकिल बाउंड करने की कोशिश की जा रही थी इस तो बाद अपने यूनियन के आगुआ बुला के लिया यूनियन के आगुआ की पुलिस वालों एक भी ना सुनने आगू भड़क गए ਸਾਨੂੰ ਫੋਨ ਕੀਤਾ ਯੂਨੀਅਨ ਦੇ ਪ੍ਰਧਾਨ ਅਸੀਂ ਟਾੜਾ ਏਜ ਯੂਨੀਅਨ ਦੇ ਪ੍ਰਧਾਨ ਟਾੜਾ ਏਜ ਯੂਨੀਅਨ ਦੇ ਸਾਰੇ ਮੈਂਬਰ ਆਏ ਹਾਂ ਇੱਥੇ ਗੱਲ ਕਰਨ ਵਾਸਤੇ ਠੀਕ ਹੈ ਜੀ ਗੱਲ ਕਰਨ ਆਏ ਹਾਂ ਉਹਨਾਂ ਨੇ ਕੋਈ ਗੱਲ ਨਹੀਂ ਸਾਡੀ ਸੁਣੀ ਉਹ ਕਹਿੰਦੇ ਜੀ ਮੁੰਡਿਆਂ ਨੇ ਮਾਸਕ ਨਹੀਂ ਲੱਗਿਆ ਆਇਆ ਸੀ ਆਹ ਗੱਲ ਉਹ ਕਹਿੰਦੇ ਅਸੀਂ ਸਾਰਾ ਕੁਝ ਕਰਦੇ ਹਾਂ ਪੁਲਿਸ ਚਲੋ ਕੋਈ ਗੱਲ ਨਹੀਂ ਸਾਡੇ ਪ੍ਰਧਾਨ ਜੀ ਆਏ ਨੇ ਉਹਨਾਂ ਨੇ ਮਾਫੀ ਵੀ ਮੰਗੀ ਹੱਥ ਜੋੜ ਕੇ ਲੇਡੀਜ਼ ਪੁਲਿਸ ਹੈਗੀ ਸੀ ਉਹਨਾਂ ਨੇ ਮਾਫੀ ਮੰਗੀ ਮੈਂ ਵੀ ਆ ਕੇ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਸਿਸਟਰ ਕੋਈ ਗੱਲ ਹੋਈ ਹੈ ਹੱਥ ਫੜਿਆ ਗਿਆ ਲੇਡੀਜ਼ ਦਾ ਕੋਈ ਹੱਥ ਨਹੀਂ ਫੜਿਆ ਗਿਆ ਸਰ ਐਵੇਂ ਪੁਲਿਸ ਦੇ ਝੂਠੇ ਇਲਜ਼ਾਮ ਨੇ ਪੁਲਿਸ ਹਮੇਸ਼ਾ ਝੂਠੇ ਇਲਜ਼ਾਮ ਹੀ ਲਾਉਂਦੀ ਹੈ ਇੰਨੀ ਨੋਬਤ ਕਿਉਂ ਆ ਗਈ ਜੀ ਸਰ ਨੋਬਤ ਇਸ ਗੱਲ ਦੀ ਆਈ ਹੈ ਕਿ ਉਹਨਾਂ ਦਾ ਮੋਟਰਸਾਈਕਲ ਰੋਕਿਆ ਗਿਆ ਚਲਾਨ ਕੱਟਣਾ ਚਾਹੁੰਦੇ ਸੀ ਮੋਟਰਸਾਈਕਲ ਬੋਂਡ ਕਰਨਾ ਚਾਹੁੰਦੇ ਸੀ ਮੋਟਰਸਾਈਕਲ ਸੀ ਟਾੜਾ ਏਜ ਯੂਨੀਅਨ ਦੇ ਕਿਸੇ ਵਰਕਰ ਦਾ ਠੀਕ ਹੈ ਜੀ ਹੁਣ ਟਾੜਾ ਏਜ ਵਰਕਰ ਹਮੇਸ਼ਾ ਜ਼ਮਾਨਤ ਵੰਗਾਰਾ ਵੀ ਦਿੰਦੀ ਹੈ ਪੰਜਾਬ ਇੱਥੇ ਜਲਾਲਾਬਾਦ ਸਿਟੀ ਨੂੰ ਵੀ ਦਿੰਦੀ ਹੈ ਸਦਰ ਨੂੰ ਵੀ ਦਿੰਦੀ ਹੈ ਫਾਜ਼ਿਲਕਾ ਤੱਕ ਦਿੰਦੀ ਹੈ
ਅਸੀਂ ਗੱਲ ਕਰਨ ਆਏ ਸੀ ਸਿਰਫ ਉਹਨਾਂ ਨਾਲ, ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਜਗਦੀਸ਼ ਕੁਮਾਰ ਜੀ ਸੀਗੇ ਅਤੇ ASI ਆਪਣੇ ਟ੍ਰੈਫਿਕ ਪੁਲਿਸ ਦੇ ਇੰਚਾਰਜ, ਠੀਕ ਹੈ ਜੀ। ਇਹ ਗੱਲ ਕਰਦੇ ਪਏ ਸੀ ਉਹਨਾਂ ਨੂੰ, ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ, SHO ਸਾਹਿਬ ਆਏ ਨੇ, ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਕੋਈ ਗੱਲ ਨਹੀਂ ਸੁਣੀ ਇਹਨਾਂ ਨੇ ਸਾਡੀ। ਆਉਂਦਿਆਂ ਕੀ ਗੱਲ ਹੋਈ ਹੈ, ਕੀ ਗੱਲ ਹੋਈ ਹੈ, ਆਹ ਗੱਲ ਹੈ, ਆਹ ਬਾਤ ਹੈ, ਜੇ ਉਹ ਆਉਂਦਿਆਂ ਸਾਡੇ 'ਤੇ ਲਾਠੀ ਚਾਰਜ ਕਰਨਾ ਸ਼ੁਰੂ ਕਰਤਾ ਜੀ। ਆਹ ਵੇਖ ਲਓ, ਆਹ ਮੇਰੇ ਕੱਪੜੇ ਪਾੜੇ ਨੇ ਜੀ ਇਹਨਾਂ ਨੇ, ਆਹ ਵੇਖੋ, ਆਹ ਵੇਖ ਲਓ, ਆਹ ਮੇਰੇ ਕੱਪੜੇ ਪਾੜੇ ਨੇ, ਮੇਰਾ ਆਹ ਮੇਰਾ ਸੱਟ ਲੱਗੀ, मामले का हल की निकलिया इसका आने वाले समय विच पता लगेगा। एक पासे पुलिस अपील करती रही, दूजे पासे लोग प्रदर्शन करते रहे। हरप्रीत महमी की रिपोर्ट, पंजाबी टीवी।